सत श्री अकाल। अज की कहानी एक कुड़ियों की फुटबॉल टीम की है जो 15, 18, 20, 22 गोल खा के हारती सी, पर यदी किस्मत किवें पलटी टीम की वो कहानी तुम दसदा। सो लीग टाउन डेविल्स एक अंडर 15 की फुटबॉल टीम है जिहड़ी इस तरह रेगूलरली हारती रहिंदी सी, पर 2 साल पहला इहदे कोच ने नौकरी छड्डती ते टीम नू कोई कोच करन लई तैयार नहीं सीगा। सो इहदे च खेलदी कुड़ी दे फादर स्टूअर्ट हैनली ओह बन गया इहदा कोच। इह 41 साल दा कार दी वैले पार्किंग करन वाला बंदा उहने अपनी जॉब छड्डती ते मैनेजर बन गया इस टीम दा कि यार कुड़ियां खेडदियां रहन। नाल एक होर 50 साल दा पिता इवैन ऑस्टिन उहदा असिस्टेंट बन गया। टीम जिहदा पहला नाम हुंदा सीगा गोल्डन हिल उहदा नाम बन गया डेविल्स, ते फरवरी 2020 विच होई शुरू ट्रेनिंग, ते इन्नी खतरनाक ट्रेनिंग कि इस वेले आ टीम अपने सारे मैच लगभग जितती है ते अपनी जिहड़ी लीग है उहदे च इन्ने सैकेंड खत्म कीता है। 2 साल बाद आखिरी तो सैकेंड पोजिशन ते आ गई है टीम। एक गल जदों असीं कीती कि किवें चेंज आया तां पता लग्गिया कि जिहड़ी प्रैक्टिस तो इलावा टीम की बॉन्डिंग है ਉਹ ਵੇਲੇ ਜਿਹੜੇ ਟ੍ਰੇਨਿੰਗ ਤੋਂ ਇਲਾਵਾ ਸੈਸ਼ਨਸ ਨੇ ਉਹਦੇ ਕਰਕੇ ਆ ਪਲੇਅਰਸ ਮੋਟੀਵੇਟਡ ਰਹੇ ਅਤੇ ਇਹਨਾਂ ਨੇ ਸੋਚਿਆ ਕਿ ਹੁਣ ਤਾਂ ਕੁਛ ਕਰਨਾ ਹੀ ਪਏਗਾ। ਇਸ ਟੀਮ 'ਚ ਕੁਛ ਇਹੋ ਜਿਹੀਆਂ ਕੁੜੀਆਂ ਵੀ ਨੇ ਜਿਹਨਾਂ ਨੇ ਫੁੱਟਬਾਲ ਕਦੀ ਖੇਡਿਆ ਹੀ ਨਹੀਂ ਲੇਕਿਨ ਖੇਡਣਾ ਚਾਹੁੰਦੀਆਂ ਸੀਗੀਆਂ, ਮਿਹਨਤ ਕੀਤੀ ਅਤੇ ਕੁਛ ਹੀ ਮਹੀਨਿਆਂ 'ਚ ਕਮਾਲ ਦਾ ਖੇਡਣ ਲੱਗ ਗਿਆ। ਸਟੂਅਰਟ ਕਹਿੰਦਾ ਕਿ ਮੈਂ ਸਿਰਫ ਇਹ ਸੋਚਿਆ ਸੀਗਾ ਕਿ ਫੁੱਟਬਾਲ ਦੀ ਜਿਹੜੀ ਬੇਸਿਕ ਚੀਜ਼ਾਂ ਨੇ ਉਹ ਮੈਂ ਕੁੜੀਆਂ ਨੂੰ ਸਹੀ ਤਰੀਕੇ 'ਤੇ ਕਰਨ ਲਾਵਾਂ ਅਤੇ ਫਿਰ ਕੁੜੀਆਂ ਡਿਸਾਈਡ ਕਰਨ ਕਿ ਉਹ ਕਿੰਨੀ ਮਿਹਨਤ ਪਾ ਕੇ ਕਿੱਥੇ ਤੱਕ ਪਹੁੰਚਣੀਆਂ ਚਾਹੁੰਦੀਆਂ ਨੇ। ਪਹਿਲਾ ਸੀਜ਼ਨ ਤਾਂ ਓਬਵੀਅਸਲੀ 2021 ਵਿੱਚ ਸੀਗਾ ਜਦੋਂ ਪੈਂਡੈਮਿਕ ਆ ਗਿਆ, ਮੈਚਿਸ ਬੜੇ ਘੱਟ ਹੋਏ ਅਤੇ ਸ਼ਾਇਦ ਇਸ ਚੀਜ਼ ਦਾ ਉਹਨੂੰ ਫਾਇਦਾ ਮਿਲਿਆ ਕਿਉਂਕਿ ਟ੍ਰੇਨਿੰਗ ਤੋਂ ਜ਼ਿਆਦਾ ਟਾਈਮ ਉਹ ਫੀਲਡ ਤੋਂ ਬਾਹਰ ਬਿਤਾਉਂਦੇ ਸੀਗੇ, ਆਪਣੇ ਆਪਣੇ ਘਰੇ ਹੁੰਦੇ ਸੀਗੇ। ਜਦੋਂ ਉਹ ਟੀਮ ਨੂੰ ਔਨਲਾਈਨ ਜੋੜਦੇ ਸੀਗੇ, ਗੱਲਾਂ ਕਰਦੇ ਸੀਗੇ, ਫੋਕਸ ਕਰਨਾ ਦੱਸਦੇ ਸੀਗੇ ਅਤੇ ਉਹਨਾਂ ਨੂੰ ਕਿਸ ਤਰ੍ਹਾਂ ਆਪਣੀ ਗੇਮ ਨੂੰ ਬਿਲਡ ਕਰਨਾ ਚਾਹੀਦਾ ਉਹ ਗੱਲ ਕਰਦੇ ਸੀਗੇ। ਲੇਕਿਨ ਇਹ ਸੀਜ਼ਨ ਜਿਹੜਾ ਹੁਣ ਖਤਮ ਹੋਇਆ 2022 ਵਿੱਚ, ਇਹਦਾ ਫਲ ਇਹਨਾਂ ਨੂੰ ਇਸ ਸੀਜ਼ਨ 'ਚ ਦੇਖਣ ਨੂੰ ਮਿਲਿਆ ਜਦੋਂ ਸੈਕਿੰਡ ਆ ਗਏ ਆਪਣੀ ਲੀਗ 'ਚ। ਕਿੰਨੀ ਸੋਹਣੀ ਕਹਾਣੀ, ਕਿੰਨੀ ਪਿਆਰੀ ਕਹਾਣੀ ਹੈ। ਇੱਕ ਟੀਮ ਜਿਹੜੀ ਡਾਊਨ ਐਂਡ ਆਊਟ ਸੀਗੀ, ਜਿਹਨੂੰ ਕੋਈ ਕੋਚ ਨਹੀਂ ਸੀ ਕਰਨਾ ਚਾਹੁੰਦਾ, ਇੱਕ ਫਾਦਰ ਨੇ ਸਿਰਫ ਕੁੜੀਆਂ ਨੂੰ ਖੇਡਣ ਰੱਖਣ ਲਈ ਉਹਨੂੰ ਜੁਆਇਨ ਕੀਤਾ ਅਤੇ ਫਿਰ ਇਸ ਤਰ੍ਹਾਂ ਦੀ ਮਿਹਨਤ ਕੀਤੀ, ਇਸ ਤਰ੍ਹਾਂ ਦੀ ਡੈਡੀਕੇਸ਼ਨ ਦਿਖਾਈ ਪੂਰੀ ਟੀਮ ਨਹੀਂ ਕਿ ਉਹ ਥੱਲਿਓਂ ਕਿੱਥੇ ਤੱਕ ਪਹੁੰਚ ਗਏ। ਫਰਸ਼ਾਂ ਤੋਂ ਅਰਸ਼ਾਂ ਦੀ ਇਹੋ ਜਿਹੀਆਂ ਕਹਾਣੀਆਂ ਮੈਨੂੰ ਬੜੀਆਂ ਪਸੰਦ ਆਉਂਦੀਆਂ, ਬੜੀਆਂ ਸਵੀਟ ਲੱਗਦੀਆਂ ਅਤੇ ਉਮੀਦ ਕਰ ਰਿਹਾ ਤੁਹਾਨੂੰ ਵੀ ਪਸੰਦ ਆਉਂਦੀਆਂ ਹੋਣਗੀਆਂ। ਸੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਮੈਂ ਇਹੋ ਜਿਹੀਆਂ ਪੋਜ਼ਿਟਿਵ ਜਿਹੀਆਂ ਖਬਰਾਂ ਤੁਹਾਡੇ ਲਈ ਲੈ ਕੇ ਆਉਂਦਾ ਰਹਾਂਗਾ। ਸਤਿ ਸ਼੍ਰੀ ਅਕਾਲ।